और उस बिलाषे तुम बिस्मिल रखमानु वाहिम शुरू करता हूँ अल्लाह के नाम से जो बड़ा मेहरबान रहम फरमाने वाला है मेरे दोस्तों अज का विलाग करने जी शुरू है देख सकते हो कुकरियाँ ਇਹ ਮੁਰਗੀਆਂ ਆਂਡੇ ਦੇ ਨਾਲੀਆਂ ਨੇ ਤੇ ਇਹ ਮੁਰਗੀਆਂ ਦਾ ਗੋਸ਼ਤ ਤੇ ਮੁਰਗੀਆਂ ਦਾ ਗੋਸ਼ਤ ਐਗ ਮੁਰਗੀਆਂ ਦਾ ਗੋਸ਼ਤ ਖਾਣਾ ਚਾਹੀਦਾ ਹੈ ਤੁਸੀਂ ਵੀ ਆਪਣੇ ਆਪਣੇ ਘਰਾਂ 'ਚ ਰੱਖੋ ਤੇ ਦੂਸਰੀਆ ਬਲੇਲਰਾਂ ਵਾਲੀਆਂ ਜਿਹੜੀਆਂ ਕੁਕਰੀਆਂ ਨੇ ਉਹ ਉਹਨਾਂ ਦਾ ਗੋਸ਼ਤ ਖਾਈਏ ਤੇ ਉਹ ਗੋਸ਼ਤ ਨਾਲ ਬਿਮਾਰੀਆਂ ਲੱਗਦੀਆਂ ਨੇ ਤੁਸੀਂ ਵੀ ਆਪਣੇ ਘਰਾਂ 'ਚ ਇਹੋ ਜਿਹੀਆਂ ਮੁਰਗੀਆਂ ਮੁਰਗੇ ਰੱਖੋ ਤੇ ਇਹਨਾਂ ਦਾ ਗੋਸ਼ਤ ਖਾਓ ਤੁਸੀਂ ਵੀ ਆਪਣੇ ਘਰ ਮੁਰਗੀਆਂ ਮੁਰਗੇ ਰੱਖੋ ਤੇ ਕਮਾਈ ਕਰੋ ਇਹਨਾਂ ਦੇ ਆਂਡੇ ਵੇਚੋ ਤੇ ਨਾਲੇ ਆਂਡੇ ਖਾਓ ਦੇ ਨਾਲ ਮੁਰਗੀਆਂ ਦਾ ਗੋਸਤ ਖਾਓ ਅਸੀਂ ਵੀ ਹਰ ਰੋਜ਼ ਇਹ ਰੋਜ਼ਾਨਾ ਇਸ ਕੁਕਰੀਆਂ ਦੇ ਆਂਡੇ ਵੇਚ ਕੇ 7-800 ਰੁਪਿਆ ਕਮਾ ਲੈਨੇ ਆ ਤੇ ਤੁਸੀਂ ਵੀ ਆਪਣੇ ਘਰ ਮੁਰਗੀਆਂ ਮੁਰਗੇ ਰੱਖੋ ਤੇ ਨਾਲੇ ਉਹਨਾਂ ਦੇ ਆਂਡੇ ਖਾਓ ਤੇ ਨਾਲੇ ਖਾਓ ਗੋਸਤ ਜਿਹਦੇ ਨਾਲ ਕੋਈ ਬਿਮਾਰੀ ਨਹੀਂ ਲੱਗਦੀ ਦੇਖਦੇ ਰਹੋ ਸਾਡੀ ਮੁਕਮਲ ਵੀਡੀਓ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਜਿਹੜਾ ਬੈਲ ਦਾ ਬਟਨ ਹੈ ਉਹ ਨੂੰ ਕਲਿੱਕ ਕਰੋ ਤਾਂ ਕਿ ਸਾਡੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਦਾਖਰ ਬਾਸਾਨੀ ਪਹੁੰਚ ਸਕੇ ਤੁਸੀਂ ਦੇਖ ਸਕਦੇ ਹੋ ਇਹ ਜੀ ਮੁਰਗੀਆਂ ਮੁਰਗੀਆਂ ਦਾ ਸਿਆਲ ਜ ਮੁਰਗੀਆਂ ਮੁਰਗੀਆਂ ਨੂੰ ਢੱਕਣ ਵਾਲਾ ਕਮਰਾ ਤੇ ਬਿਹਤਰੀਨ ਕਮਰਾ ਹੈ ਤੁਸੀਂ ਵੀ ਇੰਜ ਦਾ ਬਣਾ ਕੇ ਕਮਰਾ ਤੇ ਮੁਰਗੀਆਂ ਮੁਰਗੇ ਰੱਖ ਸਕਦੇ ਹੋ ਤੇ ਤੁਹਾਨੂੰ ਇੱਕ ਹੋਰ ਅਸੀਂ ਜੇਰਨ ਜੰਗਲਾ ਦਿਖਾਣੇ ਇੱਥੇ ਤੁਸੀਂ ਦਿਨੇ ਡੱਕ ਕੇ ਮੁਰਗੀਆਂ ਨੂੰ ਤੇ ਆਰਾਮ ਨਾਲ ਧਾਣੇ ਪਾ ਸਕਦੇ ਹੋ ਇਹ ਦੋਨੇ ਦਰਿੰਕਾਂ ਦੇ ਵਿਚਕਾਰ ਜੰਗਲਾ ਬਣਾਇਆ ਹੈ ਮੁਰਗੀਆਂ ਦੇ ਵਾਸਤੇ ਔਰ ਮੁਰਗੀਆਂ ਦੇ ਵਾਸਤੇ ਇਹ ਬਹੁਤ ਅੱਛਾ ਸਿਸਟਮ ਹੈ ਅੱਜ ਜੇ ਤੁਹਾਨੂੰ ਅਸੀਂ ਕਮਰਾ ਦਿਖਾਏ ਕਰਨੇ ਹਾਂ ਅਸੀਂ ਹੋਲੇ ਵਿੱਚ ਡਾਕਲੀਆਂ ਨੇ ਉਹ ਸ਼ਾਮ ਪੈਣੇ ਵਾਲੀਆਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਅਸੀਂ ਹੈ ਅੰਦਰੂ ਵੀ ਮੁਰਗੀਆਂ ਦਿਖਾਣੇ ਪਿਆ ਪੂਰੀਆਂ ਮੁਰਗੀਆਂ ਵਿੱਚ ਆਈਆਂ ਨੇ ਇਹ ਬਹੁਤ ਅੱਛਾ ਕਮਰਾ ਬੱਦਰ-ਬੁੱਦਰ ਵੀ ਪਈਏ ਤੇ ਚੁੰਦਾ-ਸ਼ੁੰਦਾ ਨਹੀਂ ਇਹ ਪੱਕਾ ਕਮਰਾ ਹੈ